ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਹਾਂਜੀ ਪੈਨ ਧਾਰ ਲਿੰਕਿੰਗ ਤੋਂ ਖੁੰਝ ਹੋਵੇਗੀ ਤਾਂ ਵੱਡੀ ਮੁਸ਼ਕਲ ਪੜਨਾ ਪਏਗਾ 10000 ਰੁਪਏ ਦਾ ਜੁਰਮਾਨਾ ਅਟਰ ਗਾੜੀ ਵਨ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਕਰ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਧਾਰ ਤੇ ਪੈਨ ਕਾਰਡ ਦੀ ਲਿਕਿਡਿੰਗ ਦੀ ਡੈਡਲਾਈਨ ਖਤਮ ਹੋਣ ਵਾਲੀ ਹੈ ਬੀਤੇ ਮਾਰਚ ਵਿੱਚ ਇਨਕਮ ਟੈਕਸ ਵਿਭਾਗ ਨੇ ਇਸ ਡੈਡਲਾਈਨ ਨੂੰ 30 ਜੂਨ ਤੱਕ ਲਈ ਵਧਾ ਦਿੱਤਾ ਸੀ ਹੁਣ ਤੱਕ 30 ਜੂਨ ਲੱਕ 1000 ਰੁਪਏ ਦਾ ਜ਼ਰਮਾਨੇ ਦੇ ਆਧਾਰ ਤੇ ਪੈਨ ਦੀ ਲਿੰਕਿੰਗ ਕਰਾ ਸਕਦੇ ਸੀ ਹੁਣ ਸਵਾਲ ਹੈ ਕਿ ਜੇ ਤੁਸੀਂ ਇਸ ਡੈਡਲਾਈਨ ਤੱਕ ਲਿੰਕਿੰਗ ਤੋਂ ਖੁੱਝ ਜਾਂਦੇ ਹੋ ਤਾਂ ਅੱਗੇ ਕੀ ਹੋਏਗਾ ਹਾਲੀ ਵਿੱਚ ਇਨਕਮ ਟੈਕਸ ਵਿਭਾਗ ਦੇ ਵਿੱਚ ਇੱਕ ਟਵਿੱਟਰ ਕਰਕੇ ਇਸ ਬਾਰੇ ਵਿਸਤਾਰਜ ਸਮਝਾਇਆ ਗਿਆ ਹੈ ਜੇ ਤੁਸੀਂ ਲਿੰਕਿੰਗ ਨਹੀਂ ਕਰਾਈ ਤਾਂ ਤੁਹਾਡਾ ਪੈਨ ਕਾਰਡ ਧਾੜ ਨਾਲ ਕਿਰਿਆਸ਼ੀਲ ਹੋ ਜਾਏਗਾ ਦੂਜੇ ਪਾਸੇ 30 ਜੂਨ ਤੋਂ ਬਾਅਦ ਲਿੰਕਿੰਗ ਕਰਨ ਤੇ ਤੁਹਾਨੂੰ 10000 ਰੁਪਏ ਤੱਕ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ